ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ, ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ। ਦੇਖੋ, ਔਰਤ ਨੂੰ ਇੱਕ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਸਮਝਣਾ ਚਾਹੀਦਾ। ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ 'ਚ ਚੇਤੇ ਕਰੋਗੇ, ਪਛਤਾਓ। ਨਹੀਂ, ਆਪਣੇ ਬੱਚਿਆਂ ਨੂੰ ਸੰਸਕਾਰ ਦਿਓ ਕਿ ਉਹ ਬਾਹਰ ਨਾ ਜਾਣ, ਅੱਛੀ ਐਜੂਕੇਸ਼ਨ ਇੱਥੇ ਮਿਲ ਰਹੀ ਹੈ। ਜੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ, ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ। ਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਇੱਕ ਔਰਤ ਦੇ ਲਈ, ਉਹ ਇਹ ਸ਼ੋਭਾ ਨਹੀਂ ਦਿੰਦੇ। ਨਹੀਂ, ਤੁਹਾਡੇ ਤੋਂ ਸਮਝ ਜਾਣਗੇ, ਮੈਨੂੰ ਦੇ ਦਿਓ, ਮੈਂ ਟਕਸਾਲ 'ਚ ਰੱਖੂ। ਜਿਹੜੇ ਬੱਚੇ ਬਾਹਰ ਗਏ ਨੇ, ਉਹਨਾਂ ਦੀ ਜ਼ਿੰਦਗੀ ਨਾ ਰੋਲੀਏ, ਉਹਨਾਂ ਨੂੰ ਵਾਪਿਸ ਇੱਥੇ ਲੈ ਕੇ ਆਈਏ। ਪੰਜਾਬ ਜਿਹੜਾ ਹੈ ਖੁਸ਼ਹਾਲ ਪੰਜਾਬ ਬਣਿਆ, ਇੱਥੇ ਲਿਆ ਕੇ ਬੱਚਿਆਂ ਨੂੰ ਪੂਰਾ ਸੈਟਲ ਕਰਨਾ ਚਾਹੀਦਾ। ਮੈਡਮ, ਕਿਉਂਕਿ ਇਹ ਬਿਆਨ ਸਾਹਮਣੇ ਆਇਆ ਕਿ ਪੰਜ ਪੰਜ ਬੱਚੇ ਹੋਣੇ ਚਾਹੀਦੇ ਇੱਕ ਮਹਿਲਾ ਦੇ, ਤੁਸੀਂ ਕਿਸ ਤਰ੍ਹਾਂ ਵੇਖ ਸਕਦੇ ਹੋ ਐਜ਼ ਅ ਚੇਅਰਮੈਨ? ਦੇਖੋ, ਔਰਤ ਨੂੰ ਇੱਕ ਬੱਚਾ ਪੈਦਾ ਕਰਨ ਦੀ ਮਸ਼ੀਨ ਨਹੀਂ ਸਮਝਣਾ ਚਾਹੀਦਾ। ਔਰਤ ਦੀ ਜਿਹੜੀ ਇੱਜ਼ਤ ਹੈ ਉਹਦਾ ਤੁਸੀਂ ਇਹ ਦੇਖੋ ਪਹਿਲਾਂ ਕਿ ਉਹਦਾ ਜਿਹੜਾ ਸਰੀਰ ਹੈ ਔਰਤ ਦਾ, ਬੱਚਾ ਪੈਦਾ ਇੱਕ ਕਰਕੇ ਦੋ ਕਰਕੇ ਕਮਜ਼ੋਰ ਹੁੰਦਾ, ਠੀਕ ਹੈ ਨਾ। ਔਰ ਇੱਕ ਜਿਹੜੀ ਔਰਤ ਦੀ ਆਪਣਾ ਇੱਕ ਰੁਤਬਾ ਆ, ਇਹ ਉਸ 'ਤੇ ਡਿਪੈਂਡ ਕਰਦਾ ਕਿ ਉਹ ਬੱਚੇ ਕਿੰਨੇ ਪੈਦਾ ਕਰਦੀ ਹੈ, ਇੱਕ ਕਰਦੀ ਹੈ, ਦੋ ਕਰਦੀ ਹੈ, ਅਕੋਰਡਿੰਗ ਟੂ ਜੋ ਉਹਦੀ ਹੈਲਥ ਹੈ। ਔਰ ਜਿੱਥੇ ਤੱਕ ਇਹ ਸਵਾਲ ਹੈਗਾ ਕਿ ਸਾਡੀ ਇੱਥੇ ਸੰਖਿਆ ਘੱਟ ਰਹੀ ਹੈ ਅਤੇ ਬਾਹਰੋਂ ਲੋਕ ਆ ਰਹੇ ਨੇ, ਇਹ ਕੋਈ ਜਿਹੜੇ ਸਾਡੇ ਬੱਚੇ ਨੇ ਪੰਜਾਬ ਦੇ, ਉਹ ਬਾਹਰ ਜਾ ਰਹੇ ਨੇ। ਜੇ ਅਸੀਂ ਉਹ ਬੱਚਿਆਂ ਨੂੰ ਆਪਣੇ ਇੱਥੇ ਰੱਖੀਏ, ਉਹਨਾਂ ਨੂੰ ਇੱਥੇ ਓਪਰਚੁਨਿਟੀ ਠੀਕ ਹੋਣ ਜਾਂ ਮਾਂ ਬਾਪ ਦੀ ਦੇਖਭਾਲ ਕਰਨ, ਉਹ ਜ਼ਿਆਦਾ ਵਧੀਆ ਆ ਕਿ ਅਸੀਂ ਪੰਜ ਪੰਜ ਬੱਚੇ ਪੈਦਾ ਕਰਕੇ ਇਸ ਤਰੀਕੇ ਦਾ ਕਰੀਏ। ਇੱਕ ਔਰਤ ਨੂੰ ਇੱਕ ਸਿਰਫ ਮਸ਼ੀਨ ਨਾ ਸਮਝੋ ਇਸ ਚੀਜ਼ ਦੇ ਲਈ, ਇਸ ਦੇ ਲਈ ਆਪਣੇ ਬੱਚਿਆਂ ਨੂੰ ਸੰਸਕਾਰ ਦਿਓ ਕਿ ਉਹ ਬਾਹਰ ਨਾ ਜਾਣ, ਅੱਛੀ ਐਜੂਕੇਸ਼ਨ ਇੱਥੇ ਮਿਲ ਰਹੀ ਹੈ, ਇੰਨੀ ਜ਼ਿਆਦਾ ਸਹੂਲੀਅਤ ਸਰਕਾਰ ਨੇ ਕੀਤੀ ਹੈ, ਸਰਕਾਰ ਨੌਕਰੀਆਂ ਦੇ ਰਹੀ ਹੈ, ਉਹਨਾਂ ਦੇ ਸਪੋਰਟਸ ਦਾ ਧਿਆਨ ਰੱਖਿਆ ਜਾ ਰਿਹਾ, ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ। ਅਤੇ ਇਹ ਜਿਹੜਾ ਬਿਆਨ ਹੈ, ਇਹ ਕਹਿਣਾ ਕਿ ਬੱਚਾ ਪੈਦਾ ਪੰਜ ਪੰਜ ਕਰੋ, ਛੇ ਛੇ ਕਰੋ, ਚਲੋ ਜੋ ਵੀ ਉਹਨਾਂ ਨੇ ਬਿਆਨ ਦਿੱਤਾ, ਸਾਡੇ ਸਤਿਕਾਰਯੋਗ ਸਾਰੇ ਵੱਡੇ ਬੰਦੇ ਨੇ, ਅਤੇ ਇਸ ਕਰਕੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਹਾਂ। ਪਰ ਲੇਕਿਨ ਉੱਥੇ ਇੱਕ ਅਪੀਲ ਵੀ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਇੱਕ ਔਰਤ ਦੇ ਲਈ, ਉਹ ਇਹ ਸ਼ੋਭਾ ਨਹੀਂ ਦਿੰਦੇ। ਐਜੂਕੇਸ਼ਨ ਨੂੰ ਲੈ ਕੇ ਤੁਸੀਂ ਗੱਲ ਕੀਤੀ, ਕਿਉਂਕਿ ਸਟੱਡੀ ਮੋਸਟਲੀ ਜਿਹੜੇ ਯੰਗਸਟਰ ਹੈ ਉਹਨਾਂ ਦਾ ਸੁਪਨਾ ਹੁੰਦਾ ਕਿ ਬਾਹਰ ਜਾਓ, ਹਾਲਾਂਕਿ ਆਪਣੇ ਪੰਜਾਬੀ ਜੀ ਵੀ ਵੱਡੇ ਅਹੁਦੇ 'ਤੇ ਬੈਠੇ ਨੇ, ਡਾਕਟਰਸ ਨੇ, ਇੰਜੀਨੀਅਰ ਨੇ, ਵੱਡੇ ਸਾਇੰਟਿਸਟ ਬੈਠੇ ਨੇ, ਤਾਂ ਆਖਿਰ ਇਹੀ ਪ੍ਰੋਬਲਮ ਹੈ ਕਿ ਸਾਡੀ ਜਿਹੜੇ, ਜਿੱਦਾਂ ਇਹਨਾਂ ਦਾ ਕਹਿਣ ਦਾ ਇਹੀ ਭਾਵ ਹੈ ਕਿ ਜਿਹੜੇ ਯੰਗਸਟਰਸ ਨੇ ਉਹ ਘੱਟ ਹੋ ਰਹੇ ਨੇ ਜਾਂ ਗਿਣਤੀ ਜਿਹੜੀ ਹੈ ਘੱਟ ਹੋ ਰਹੀ ਹੈ, ਕਹਿਣ ਦਾ ਮਤਲਬ ਇਹੀ? ਨਹੀਂ, ਕੋਈ ਗਿਣਤੀ ਘੱਟ ਨਹੀਂ ਹੋ ਰਹੀ ਹੈ, ਬਿਲਕੁਲ ਵੀ ਗਿਣਤੀ ਘੱਟ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਬੱਚੇ ਬਾਹਰ ਜਾ ਰਹੇ ਨੇ। ਜੋ ਤੁਹਾਨੂੰ ਇੰਨੀ ਅੱਛੀ ਐਜੂਕੇਸ਼ਨ ਮਿਲ ਰਹੀ ਹੈ ਇੱਥੇ, ਨੌਕਰੀਆਂ ਦੇ ਸਾਧਨ ਮਿਲ ਰਹੇ ਨੇ, ਅਤੇ ਤੁਹਾਨੂੰ ਸਾਰੀ ਖੇਡਾਂ ਦੇ ਵਿੱਚ ਸਾਡਾ ਇੰਨਾ ਜ਼ਿਆਦਾ ਸਰਕਾਰ ਜਿਹੜੀ ਹੈਗੀ ਆ ਉਹ ਤਵੱਜੁਬ ਦੇ ਰਹੀ ਹੈ ਸਾਰੀ ਚੀਜ਼ ਨੂੰ। ਤੁਸੀਂ ਇਸ ਟਾਈਮ ਦੇ ਰਿਜ਼ਲਟ ਦੇਖੋ, ਬੱਚੇ ਦੇ ਐਡੇ ਐਡੇ ਵਧੀਆ ਆਏ ਨੇ, ਚਾਹੇ ਸਰਕਾਰੀ ਸਕੂਲ ਨੇ ਚਾਹੇ ਉਹ ਦੂਜੇ ਸਕੂਲ ਨੇ, ਅਤੇ ਅਸੀਂ ਬੱਚਿਆਂ ਨੂੰ ਬਾਹਰ ਕਿਉਂ ਭੇਜ ਰਹੇ ਹਾਂ? ਹਾਲਾਂਕਿ ਅਸੀਂ ਕਿੰਨੀ ਵਾਰੀ ਨਿਊਜ਼ 'ਚ ਵੀ ਪੜ੍ਹਦੇ ਹਾਂ ਕਿ ਕੈਨੇਡਾ ਗਏ ਨੇ, ਯੂਕੇ ਗਏ ਨੇ ਬੱਚੇ, ਉੱਥੇ ਜਾ ਕੇ ਜਿਹੜੇ ਤੁਸੀਂ ਵੀਡੀਓਜ਼ ਦੇਖਦੇ ਹੋ, ਹਰ ਕੋਈ ਦੇਖਦਾ ਮੇਰਾ ਖਿਆਲ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ, ਉਹ ਅਪੀਲ ਕਰ ਰਹੇ ਨੇ ਕਿ ਬੱਚਿਆਂ ਨੂੰ ਬਾਹਰ ਨਾ ਭੇਜੋ, ਇੱਥੋਂ ਦੇ ਹਾਲਾਤ ਠੀਕ ਨਹੀਂ ਹੈ, ਸਪੈਸ਼ਲੀ ਲੜਕੀਆਂ ਦੇ ਲਈ ਤਾਂ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਜੋ ਅਸੀਂ ਸੁਪਨੇ ਲੈ ਕੇ ਜਾਂਦੇ ਹਾਂ ਰਿਐਲਿਟੀ ਉੱਥੇ ਕੁਛ ਹੋਰ ਹੁੰਦੀ ਹੈ। ਬੱਚਿਆਂ ਨੂੰ ਉੱਥੇ ਅਕੋਮੋਡੇਸ਼ਨ ਨਹੀਂ ਮਿਲ ਰਹੀ, ਉਹ ਸੜਕਾਂ ਦੇ ਉੱਤੇ ਟੈਂਟ ਲਾ ਕੇ ਰਹਿ ਰਹੇ ਨੇ, ਕੁੜੀਆਂ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ ਕਿਉਂਕਿ ਉੱਥੇ ਅਫੋਰਡ ਨਹੀਂ ਕੀਤਾ ਜਾ ਸਕਦਾ, ਜਿਹੜੀ ਲਾਈਫ ਸਟਾਈਲ ਹੈ ਉੱਥੇ ਹੀ ਆ, ਐਜੂਕੇਸ਼ਨ ਦੇ ਪੈਸੇ ਚਾਹੀਦੇ ਨੇ। ਅਤੇ ਅਸੀਂ ਇਸ ਚੀਜ਼ ਦੇ ਉੱਤੇ ਫਖਰ ਨਾ ਕਰੀਏ ਕਿ ਅਸੀਂ ਬੱਚੇ ਇੱਥੇ ਪੈਦਾ ਕਰੀਏ, ਜਿਹੜੇ ਬੱਚੇ ਬਾਹਰ ਗਏ ਨੇ ਉਹਨਾਂ ਦੀ ਜ਼ਿੰਦਗੀ ਨਾ ਰੋਲੀਏ, ਉਹਨਾਂ ਨੂੰ ਵਾਪਿਸ ਇੱਥੇ ਲੈ ਕੇ ਆਈਏ। ਪੰਜਾਬ ਜਿਹੜਾ ਹੈ ਖੁਸ਼ਹਾਲ ਪੰਜਾਬ ਬਣਿਆ, ਇੱਥੇ ਲਿਆ ਕੇ ਬੱਚਿਆਂ ਨੂੰ ਪੂਰਾ ਸੈਟਲ ਕਰਨਾ ਚਾਹੀਦਾ। ਐਜੂਕੇਸ਼ਨ ਦੇ ਨਾਲ ਨਾਲ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਵੇਅਰ ਹੋਣਾ ਚਾਹੀਦਾ। ਅਵੇਅਰ ਪੇਰੈਂਟਸ ਨੂੰ ਤਾਂ ਬਹੁਤ ਹੀ ਜ਼ਿਆਦਾ ਹੋਣਾ ਚਾਹੀਦਾ, ਬੰਦੇ ਪਿਆਲੀਆਂ ਵੇਚ ਵੇਚ ਕੇ, ਘਰਾਂ ਦੀਆਂ ਚੀਜ਼ਾਂ ਵੇਚ ਵੇਚ ਕੇ ਉਹਨਾਂ ਨੂੰ ਵੀਜ਼ੇ ਲਗਵਾ ਕੇ ਬਾਹਰ ਭੇਜ ਰਹੇ ਨੇ, ਲੇਕਿਨ ਬਾਹਰ ਜਾ ਕੇ ਬੱਚੇ ਗੁੰਮਰਾਹ ਹੋ ਰਹੇ ਨੇ, ਕਿਸੇ ਨੂੰ ਹਾਰਟ ਅਟੈਕ ਹੋ ਰਿਹਾ ਕਿਉਂਕਿ ਜਿਹੜਾ ਆ ਇੰਨਾ ਪ੍ਰੈਸ਼ਰ ਪੈ ਜਾਂਦਾ ਆ ਕਿ ਮੈਂ ਕੰਮ ਕਿੱਥੇ ਲੱਭਾਂ, ਰਵਾਂ ਕਿੱਥੇ, ਲੋਕੀ ਹਾਰਟ ਅਟੈਕ ਨਾਲ ਮਰ ਰਹੇ ਨੇ, ਸਟੂਡੈਂਟ ਸੜਕਾਂ ਦੇ ਉੱਤੇ ਰਹਿ ਰਹੇ ਨੇ, ਬੱਚੇ ਡਰੱਗਸ 'ਚ ਪੈ ਰਹੇ ਨੇ। ਅਤੇ ਇੱਕ ਸਿਰਫ ਸੁਪਨਾ ਲੈ ਕੇ ਕਿ ਅਸੀਂ ਬਾਹਰ ਭੇਜ ਦਿੱਤਾ, ਇਹ ਪੇਰੈਂਟਸ ਨੂੰ ਵੀ ਦੇਖਣਾ ਚਾਹੀਦਾ ਇਸ ਚੀਜ਼ ਦੇ ਲਈ। ਔਰ ਇਹ
ਮੈਨੂੰ ਬਹੁਤ ਦੁੱਖ ਹੈ ਕਿ ਅਗਰ ਇਹ ਕਿਹਾ ਜਾਵੇ ਕਿ ਔਰਤ ਨੂੰ ਇੱਕ ਮਸ਼ੀਨ ਸਮਝ ਕੇ ਕਿ 5 ਬੱਚੇ ਪੈਦਾ ਕਰੋ 6 ਬੱਚੇ ਪੈਦਾ ਕਰੋ, ਇਹ ਕੋਈ ਹੱਲ ਨਹੀਂ ਹੈ। ਤੇ ਅਸੀਂ ਆਪਣੇ ਸਤਿਕਾਰਯੋਗ ਵੱਡਿਆਂ ਦਾ ਵੀ ਇਹੀ ਜਿਨ੍ਹਾਂ ਨੇ ਬਿਆਨ ਦਿੱਤਾ ਉਹਨਾਂ ਨੂੰ ਵੀ ਬੇਨਤੀ ਇਹ ਕਰਾਂਗੇ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਠੀਕ ਨਹੀਂ ਆ।